ਪੁੱਛਿਆ ਕਿ ਕੌਣ ਸੁਣਨਾ ਚਾਹੁੰਦਾ, ਦੀਵਾਨ ਹੱਥ ਖੜੇ ਕਰੋ, ਜਿਹੜੇ ਵਿਰੋਧ ਕਰਨ ਆਏ ਆ ਤੁਸੀਂ ਤੁਰ ਜਾਓ, ਜੇ ਨਹੀਂ ਚੰਗਾ ਲੱਗਦਾ ਤੁਸੀਂ ਨਾ ਸੁਣੋ। ਪ੍ਰਬੰਧਕ ਸੱਜਣਾ ਨੇ ਨਾਲ ਸਾਥ ਦਿੱਤਾ ਉਸ ਟਾਈਮ, ਬਟ ਦੈਨ ਅਗੇਨ ਬ੍ਰੀਚ ਆਫ ਪੀਸ, ਦ ਪੁਲਿਸ ਐਸਕੋਰਟਿਡ ਮੀ ਆਊਟ ਆਫ ਦਾ ਗੁਰਦੁਆਰਾ। ਐਂਡ ਉਸ ਦਿਨ ਜਿਹੜੇ ਆਪਣੇ ਨਾਲ ਪਰਿਵਾਰ ਸਾਂਝ ਰੱਖਦੇ ਆ, ਉਹਨਾਂ ਨੇ ਉਸ ਦਿਨ ਤੋਂ ਇਹ ਗੱਲ ਇੰਟਰਨੈਸ਼ਨਲੀ ਵੀ, ਪਰਿਵਾਰ ਇਕੱਲੇ ਯੂਕੇ ਦੀ ਨਹੀਂ, ਇੰਟਰਨੈਸ਼ਨਲੀ ਵੀ, international families and UK families said, we need a place where we can sit down and understand gurbani logically, kyunki je apa hor gurdwariyan ch jande ha eh agge aake dhakka karde ha, jadon eh dhakka karde ha committeeyan, eh nahi hai ke diwan chahundiyan nahi, oh dhakka nahi chahunde. It's not as if other gurdwari committees don't want programs, they just don't want arguments happening, par eh pawade di jade a taksali. ਕਿਹੜੇ ਨੇ ਇਹ ਲਫਸ਼ਿੰਦਰ ਟੱਲੇਵਾਲ ਵਰਗੇ, ਕਿਹੜੇ ਨੇ ਕੁਲਦੀਪ ਸਿੰਘ ਚਿਹੇੜੂ ਵਰਗੇ? ਇਹ ਪਵਾੜੇ ਦੀ ਜੜ ਆ ਯੂਕੇ ਚ, ਜਿਹਨੂੰ ਮਰਜ਼ੀ ਪੁੱਛ ਲਓ ਜਾ ਜਾ ਕੇ, ਇੰਗਲੈਂਡ ਵਿੱਚ, ਯੂਕੇ ਵਿੱਚ, ਜਿਹਨੂੰ ਮਰਜ਼ੀ ਪੁੱਛ ਲਓ, ਤਾਂ ਉਹ ਇਹ ਕਹਿਣਗੇ ਇਹ ਜਦੋਂ ਵੀ ਧੱਕਾ ਹੁੰਦਾ ਇਹ ਬੰਦੇ ਅੱਗੇ ਹੁੰਦੇ ਆ, ਜਾਗੋ ਵਾਲੇ ਵਰਗੇ, ਚਰਨ ਸਿੰਘ ਟਿਵਡੈਲ ਵਰਗੇ, ਬੱਚਾ ਬੱਚਾ ਜਾਣਦਾ, ਯੂਥ ਨੋ। ਜਦੋਂ ਇਹਨਾਂ ਨੇ ਵੈਸਟ ਬ੍ਰਹਮ ਦਵਾਨਾ ਵਾਸਤੇ, ਫਰਾਂਸ ਤੋਂ ਵੀ ਆਈ ਆ, ਇਟਲੀ ਤੋਂ ਵੀ ਆਈ ਆ, ਜਰਮਨ ਤੋਂ ਵੀ ਆਈ ਆ, ਪਰਿਵਾਰ ਪਰਿਵਾਰ ਆਏ ਨੇ, ਭਾਈ ਸਾਹਿਬ ਸਾਊਥਹੈਂਪਟਨ ਤੋਂ ਚੱਲ ਕੇ ਆਏ। ਗੁਰਮੁਖੋ ਸਾਡੇ ਵਾਸਤੇ, ਮੈਂ ਬੜੀ ਵਾਰੀ ਗੱਲ ਕਹਿੰਦਾ ਹੁੰਦਾ, ਸਾਊਥਹੈਂਪਟਨ ਵੀ ਦੀਵਾਨ ਸੀ, ਉੱਥੇ ਵੀ ਮੈਂ ਇਹ ਗੱਲ ਕਹੀ ਕਿ ਭਾਈ ਅਮਰੀਕ ਸਿੰਘ ਵੀ ਉਹ ਵੀ ਸੀ ਦੇ ਮਨ ਸੰਘ ਚ ਵੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਲਖਸ਼ਿੰਦਰ ਸਿੰਘ ਜੀ, ਭਾਈ ਹਰਜੀਤ ਸਿੰਘ ਜੀ, ਉਹ ਸੋਚ ਸੀ ਦੇ ਮਨ ਠੀਕ ਵੀ, ਪਰ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਕਿ ਹਾਊ ਮਨੀ ਟਾਈਮਸ ਡੂ ਦੇ ਸੀ ਦੇ ਫਾਦਰ, ਹਾਊ ਮਨੀ ਟਾਈਮਸ ਡੂ ਦੇ ਸੀ ਦੇ ਡੈਡ, ਹਾਊ ਮਨੀ ਟਾਈਮਸ ਡੂ ਦੇ ਸੀ ਦੇ ਗ੍ਰੈਂਡਡੈਡ, ਆਪਣੀ ਜ਼ਿੰਦਗੀ ਲਿਖੇ ਲਾਈ ਹੋਈ, ਜਿੱਥੇ ਮੋਰਚੇ ਨੇ ਅੱਗੇ ਮੋਰਚਿਆਂ 'ਚ ਖੜਦੇ ਆ, ਸਾਰਿਆਂ ਨੂੰ ਨਾਲ ਕਹਿੰਦੇ ਆ ਜੁੜੋ, ਇੱਕ ਤਾਂ ਹੁੰਦਾ ਆਪ ਕਹਿਣਾ, ਆਪ ਪਿੱਛੇ ਹਟ ਜਾਣਾ, ਇੱਦਾਂ ਦੇ ਵੀ ਬੜੇ ਨੇ, ਕਹਿ ਕੇ ਚੱਲ ਜਾਂਦੇ ਆ, ਆਪ ਨਹੀਂ ਅੱਗੇ ਹੁੰਦੇ। ਧਰਮ ਵਾਸਤੇ ਆਪਾਂ ਕੁਛ ਕਰਨਾ, ਧਰਮ ਵਾਸਤੇ ਕੁਛ ਲੇਖੇ ਲੱਗ ਜੇ ਸਾਡਾ ਸਰੀਰ, ਹੋਰ ਕੀ ਚਾਹੀਦਾ। ਸਭ ਸੰਗਤ ਦਾ ਧੰਨਵਾਦ, ਜਿਹਨਾਂ ਨੇ ਸਾਥ ਦਿੱਤਾ, ਜਿਹਨਾਂ ਨੇ ਪ੍ਰੇਮ ਦਿੱਤਾ। ਆਪ ਜੀ ਨੂੰ ਪੁੱਛਿਆ ਕਿ ਕੌਣ ਸੁਣਨਾ ਚਾਹੁੰਦਾ, ਦੀਵਾਨ ਹੱਥ ਖੜੇ ਕਰੋ, ਜਿਹੜੇ ਵਿਰੋਧ ਕਰਨ ਆਏ ਆ ਤੁਸੀਂ ਤੁਰ ਜਾਓ, ਜੇ ਨਹੀਂ ਚੰਗਾ ਲੱਗਦਾ ਤੁਸੀਂ ਨਾ ਸੁਣੋ। ਪ੍ਰਬੰਧਕ ਸੱਜਣਾ ਨੇ ਨਾਲ ਸਾਥ ਦਿੱਤਾ ਉਸ ਟਾਈਮ, ਬਟ ਦੈਨ ਅਗੇਨ ਬ੍ਰੀਚ ਆਫ ਪੀਸ, ਦ ਪੁਲਿਸ ਐਸਕੋਰਟਿਡ ਮੀ ਆਊਟ ਆਫ ਦਾ ਗੁਰਦੁਆਰਾ। ਐਂਡ ਉਸ ਦਿਨ ਜਿਹੜੇ ਆਪਣੇ ਨਾਲ ਪਰਿਵਾਰ ਸਾਂਝ ਰੱਖਦੇ ਆ, ਉਹਨਾਂ ਨੇ ਉਸ ਦਿਨ ਤੋਂ ਇਹ ਗੱਲ ਇੰਟਰਨੈਸ਼ਨਲੀ ਵੀ, ਪਰਿਵਾਰ ਇਕੱਲੇ ਯੂਕੇ ਦੀ ਨਹੀਂ, ਇੰਟਰਨੈਸ਼ਨਲੀ ਵੀ,
international families and UK families said, we need a place where we can sit down and understand Gurbani logically. ਕਿਉਂਕਿ ਜੇ ਆਪਾਂ ਹੋਰ ਗੁਰਦੁਆਰਿਆਂ 'ਚ ਜਾਂਦੇ ਹਾਂ, ਇਹ ਅੱਗੇ ਆ ਕੇ ਧੱਕਾ ਕਰਦੇ ਆ, ਜਦੋਂ ਇਹ ਧੱਕਾ ਕਰਦੇ ਆ, ਕਮੇਟੀਆਂ ਇਹ ਨਹੀਂ ਹੈ ਕਿ ਦੀਵਾਨ ਚਾਹੁੰਦੀਆਂ ਨਹੀਂ, ਉਹ ਧੱਕਾ ਨਹੀਂ ਚਾਹੁੰਦੇ. It's not as if other Gurdwara committees don't want programs, they just don't want arguments happening. ਪਰ ਇਹ ਪਵਾੜੇ ਦੀ ਜੜ੍ਹ ਆ ਟਕਸਾਲੀ. ਕਿਹੜੇ ਨੇ ਇਹ? ਲਫਸ਼ਿੰਦਰ ਢੱਲੇਵਾਲ ਵਰਗੇ. ਕਿਹੜੇ ਨੇ? ਕੁਲਦੀਪ ਸਿੰਘ ਚਿਹੇੜੂ ਵਰਗੇ. ਇਹ ਪਵਾੜੇ ਦੀ ਜੜ੍ਹ ਆ ਯੂਕੇ 'ਚ. ਜਿਹਨੂੰ ਮਰਜ਼ੀ ਪੁੱਛ ਲਓ ਜਾ ਜਾ ਕੇ, ਇੰਗਲੈਂਡ ਵਿੱਚ, ਯੂਕੇ ਵਿੱਚ, ਜਿਹਨੂੰ ਮਰਜ਼ੀ ਪੁੱਛ ਲਓ, ਤਾਂ ਉਹ ਇਹ ਕਹਿਣਗੇ, ਇਹ ਜਦੋਂ ਵੀ ਧੱਕਾ ਹੁੰਦਾ ਇਹ ਬੰਦੇ ਅੱਗੇ ਹੁੰਦੇ ਆ. ਜਾਗੋ ਵਾਲੇ ਵਰਗੇ, ਚਰਨ ਸਿੰਘ ਟਿਵਡੈਲ ਵਰਗੇ. ਬੱਚਾ ਬੱਚਾ ਜਾਣਦਾ, ਯੂਥ ਨੋ. ਜਦੋਂ ਇਹਨਾਂ ਨੇ ਵੈਸਟ ਬ੍ਰਹਮ ਦੀਵਾਨਾਂ ਵਾਸਤੇ ਫਰਾਂਸ ਤੋਂ ਵੀ ਆਈ ਆ, ਇਟਲੀ ਤੋਂ ਵੀ ਆਈ ਆ, ਜਰਮਨ ਤੋਂ ਵੀ ਆਈ ਆ, ਸੰਗਤ ਪਰਿਵਾਰ ਪਰਿਵਾਰ ਆਏ ਨੇ. ਭਾਈ ਸਾਹਿਬ ਸਾਊਥ ਹੈਮਪਟਨ ਤੋਂ ਚੱਲ ਕੇ ਆਏ. ਗੁਰਮੁਖੋ, ਸਾਡੇ ਵਾਸਤੇ ਮੈਂ ਬੜੀ ਵਾਰੀ ਗੱਲ ਕਹਿੰਦਾ ਹੁੰਦਾ, ਸਾਊਥ ਹੈਮਪਟਨ ਵੀ ਦੀਵਾਨ ਸੀ. ਉੱਥੇ ਵੀ ਮੈਂ ਇਹ ਗੱਲ ਕਹੀ ਕਿ ਭਾਈ ਅਮਰੀਕ ਸਿੰਘ ਮਿਓਵੀਸੀ ਦੇ ਮਨ ਸੰਗਤ ਜੀ ਵੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਭਾਈ ਲਖਸ਼ਿੰਦਰ ਸਿੰਘ ਜੀ, ਭਾਈ ਹਰਜੀਤ ਸਿੰਘ ਜੀ, ਮਿਓ ਸੋਚ ਸੀ ਦੇ ਮਨ ਜੀ ਵੀ. ਪਰ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਕਿ ਹਾਊ ਮਨੀ ਟਾਈਮਸ ਡੂ ਦੇ ਸੀ ਦੇ ਫਾਦਰ, ਹਾਊ ਮਨੀ ਟਾਈਮਸ ਡੂ ਦੇ ਸੀ ਦੇ ਡੈਡ, ਹਾਊ ਮਨੀ ਟਾਈਮਸ ਡੂ ਦੇ ਸੀ ਦੇ ਗ੍ਰੈਂਡਡੈਡ. ਆਪਣੀ ਜ਼ਿੰਦੜੀ ਲਿਖੇ ਲਾਈ ਹੋਈ ਜਿੱਥੇ ਮੋਰਚੇ ਨੇ ਅੱਗੇ ਮੋਰਚਿਆਂ 'ਚ ਖੜਦੇ ਆ, ਸਾਰਿਆਂ ਨੂੰ ਨਾਲ ਕਹਿੰਦੇ ਆ ਜੁੜੋ. ਇੱਕ ਤਾਂ ਹੁੰਦਾ ਆਪ ਕਹਿਣਾ, ਆਪ ਪਿੱਛੇ ਹਟ ਜਾਣਾ. ਇੱਦਾਂ ਦੇ ਵੀ ਬੜੇ ਨੇ, ਕਹਿ ਕੇ ਚੱਲ ਜਾਂਦੇ ਆ, ਆਪ ਨਹੀਂ ਅੱਗੇ ਹੁੰਦੇ. ਧਰਮ ਵਾਸਤੇ ਆਪਾਂ ਕੁਛ ਕਰਨਾ, ਧਰਮ ਵਾਸਤੇ ਕੁਛ ਲੇਖੇ ਲੱਗ ਜੇ ਸਾਡਾ ਸਰੀਰ, ਹੋਰ ਕੀ ਚਾਹੀਦਾ? ਸਭ ਸੰਗਤ ਦਾ ਧੰਨਵਾਦ, ਜਿਹਨਾਂ ਨੇ ਸਾਥ ਦਿੱਤਾ, ਜਿਹਨਾਂ ਨੇ ਪ੍ਰੇਮ ਦਿੱਤਾ. ਆਪ ਜੀ ਨੂੰ